ਅਗਰ ਇਹ ਪਾਰਟੀ ਆਮ ਲੋਕਾਂ ਦੀ ਸੀ ਤਾਂ ਆਮ ਲੋਕਾਂ ਨੇ ਇਸ ਨੂੰ ਐਕਸੈਪਟ ਕਿਉਂ ਨਹੀਂ ਕੀਤਾ? ਲੋਕਾਂ ਨੇ ਸਾਨੂੰ ਸੱਤਾ 'ਚ ਨਹੀਂ ਬਿਠਾਇਆ ਤਾਂ ਇਹਦਾ ਮਤਲਬ ਹੈ ਕਿ ਸਾਨੂੰ ਉਹਨਾਂ ਨੇ ਫੁੱਲੀ ਐਕਸੈਪਟ ਨਹੀਂ ਕੀਤਾ। ਕਿ ਗੁਰਪ੍ਰੀਤ ਘੁੱਗੀ ਅਗਰ ਆਮ ਆਦਮੀ ਪਾਰਟੀ ਸੱਤਾ ਵਿੱਚ ਆਉਂਦੀ ਹੈ ਤਾਂ ਮੁੱਖ ਮੰਤਰੀ ਦਾ ਚਿਹਰਾ ਹੋ ਸਕਦੇ ਨੇ, ਮੁੱਖ ਮੰਤਰੀ ਬਣ ਸਕਦੇ ਨੇ। ਅੱਜ ਉਹਨਾਂ ਦਾ ਬਿਆਨ ਹੈ, ਅੱਜ ਉਹ ਕਹਿੰਦੇ ਨੇ ਕਿ ਆਮ ਆਦਮੀ ਪਾਰਟੀ ਨੂੰ ਜੁਆਇਨ ਕਰਨਾ ਮੇਰੀ ਜ਼ਿੰਦਗੀ ਦੀ ਸਭ ਤੋਂ ਵੱਡੀ ਭੁੱਲ ਹੈ। ਪੋਲੀਟੀਕਲ ਤੌਰ 'ਤੇ ਭਾਵੇਂ ਉਹ ਕਿੱਡੇ ਹੀ ਅੱਛੇ ਕਾਮੇਡੀਅਨ ਸਟਾਰ ਸੀਗੇ, ਲੇਕਿਨ ਇੰਨਾ ਤਜਰਬਾ ਉਹਨਾਂ ਨੂੰ ਪੋਲੀਟੀਕਲ ਵੀ ਨਹੀਂ ਸੀਗਾ। ਖੈਰਾ ਵਰਸਿਸ ਰਾਣਾ ਗੁਰਜੀਤ, ਉਹ ਗੇਮ ਕੀ ਹੈ? ਰਾਣਾ ਗੁਰਜੀਤ ਉਸ ਕਰਪਟ ਜੁੰਡਲੀ ਦਾ ਇੱਕ ਮੋਹਰਾ ਹੈ। ਸੁਖਪਾਲ ਸਿੰਘ ਖਹਿਰਾ ਵੱਲੋਂ ਲਗਾਤਾਰ ਬਿਕਰਮ ਸਿੰਘ ਮਜੀਠੀਆ ਨੂੰ ਨਸ਼ੇ ਦਾ ਸੌਦਾਗਰ ਦੱਸਦੇ ਨੇ, ਲਗਾਤਾਰ ਬਿਕਰਮ ਸਿੰਘ ਮਜੀਠੀਆ ਤੋਂ ਨਸ਼ੇ ਦੇ ਮਸਲੇ 'ਤੇ ਲਗਾਤਾਰ ਵਾਰ ਕਰਦੇ ਨੇ। ਲੇਕਿਨ ਤੁਹਾਡੇ ਹੀ ਕੈਪਟਨ, ਤੁਹਾਡੇ ਹੀ ਜਿਹੜੇ ਸੀਨੀਅਰ ਨੇ ਅਰਵਿੰਦ ਕੇਜਰੀਵਾਲ, ਉਹਨਾਂ ਵੱਲੋਂ ਤਾਂ ਤੁਹਾਨੂੰ ਹੀ ਝੂਠਾ ਕਰਾਰ ਦਿੱਤਾ ਗਿਆ। ਅਤੇ ਅਸੀਂ ਉਹਨਾਂ ਦੀ ਮਾਫ਼ੀ ਨੂੰ ਕਿਤੋਂ ਮੰਨਿਆ ਵਾ?